ਸੱਚੀ ਗੱਲ ਪਤਾ ਕੀ ਹੈ, ਫਿਰ ਉਹ ਕਹਿੰਦੇ ਨੇ ਕਿਸੇ ਨੂੰ ਸਫ਼ਰ ਜਿਹਨਾਂ ਦੀ ਕੋਈ ਮੰਜ਼ਿਲ ਨਹੀਂ। ਅਸਲ 'ਚ ਸਫ਼ਰ ਹੀ ਆਪਣੇ ਆਪ 'ਚ ਮੰਜ਼ਿਲ ਹੈ, ਅਤੇ ਸਫ਼ਰ ਵਿੱਚ ਮਿਲਣ ਵਾਲੇ ਸਾਰੇ ਕਿਰਦਾਰ ਲਈ ਉਹ ਇੱਕੋ ਐਨਰਜੀ ਕਰ। ਐਮ ਕੀ ਕਹਿੰਦੇ ਨੇ, ਅੰਗਰੇਜ਼ੀ ਗਲਤ ਹੋ ਸਕਦੀ ਹੈ ਪਰ ਇੰਟੈਂਟ ਉਹੀ ਹੈ ਕਿ ਐਮ ਹੇਅਰ, ਕੀ ਮੈਨੂੰ ਦੱਸੋ ਕੀ ਹੁੰਦਾ ਉਹ, ਐਮ ਹੇਅਰ ਟੂ ਸਪਰੈਡ ਲਵ, ਰਾਈਟ, ਐਮ ਹੇਅਰ ਟੂ ਸਪਰੈਡ ਲਵ, ਰਾਈਟ। I love my country, ਮੈਂ ਕਿੰਨੀ ਵਾਰੀ ਕਹਿ ਚੁੱਕਾ। I love my India, I love my country, ਮੈਂ ਕਿੰਨੀ ਵਾਰੀ ਕਹਿ ਚੁੱਕਾ ਹੈਗਾ, ਪਰ ਹਮੇਸ਼ਾ ਪਤਾ ਨਹੀਂ ਕਿਉਂ ਕਿਉਂ ਉਹ ਚੀਜ਼ਾਂ ਪੇਸ਼ ਕਰਦੇ। ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ। ਇੱਥੇ ਆਇਰਲੈਂਡ ਦਾ ਝੰਡਾ ਲੈ ਕੇ ਆਇਆ ਵੀਰ, ਇਹਨੂੰ ਵੀ ਬਹੁਤ ਬਹੁਤ ਨਿੱਘਾ ਸਵਾਗਤ, ਸਾਡੇ ਦੇਸ਼ ਦਾ ਝੰਡਾ। ਅਤੇ ਓਬਵੀਅਸਲੀ ਆਈ ਲਵ ਮਾਈ ਕੰਟਰੀ, ਰਾਈਟ। ਤੋ ਸਾਰੇ ਜਿੰਨੇ ਵੀ ਆਏ ਆ ਤੁਸੀਂ, ਜਿੱਥੋਂ ਵੀ ਆਏ, ਜਿਹੜੀ ਵੀ ਕੰਟਰੀ ਤੋਂ ਆਏ, ਜਿਹੜੇ ਵੀ ਦੇਸ਼ ਤੋਂ ਆਏ ਤੁਸੀਂ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ, ਗੱਲ ਖਤ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਲੇ ਸਰਬੱਤ ਦਾ ਤੁਹਾਨੂੰ ਤਾਂ ਇਹ ਸਿਖਾਇਆ ਗਿਆ। ਅੱਛਾ ਜੀ, ਗਾਣਿਆਂ ਦੀ ਗੱਲ ਕਰਾਂ, ਅਲੈਕਸਾ ਪਲੇ ਕਲੈਸ਼ ਬਾਜੋ ਜੀ ਦੁਸਾ। ਇੰਗਲਿਸ਼ ਹੈ ਮਾਈ ਰਿਲੇਸ਼ਨਸ਼ਿਪ ਸਟਾਰਟ ਦੈਟ ਮਚ ਗੁੱਡ। ਇੰਨਾ ਜ਼ੋਰ ਮੇਰਾ ਪ੍ਰੋਗਰਾਮ ਤਾਂ ਨਹੀਂ ਲੱਗਣਾ ਜਿੰਨਾ ਜਿੰਨਾ ਜਿੰਨਾ। What makes you happy? ਮੈਨੂੰ ਤੁਸੀਂ ਜਦੋਂ ਆਉਂਦੇ ਹੋ ਪ੍ਰੋਗਰਾਮ ਦੇ ਆਏ ਮੈਂ ਚੀਜ਼ ਹੈਪੀ, ਰਾਈਟ। ਸੋਰੀ ਸਭ ਦੇ ਹਿਸਾਬ ਕਰਾਂ, ਆਲਾ ਉੱਠੀ ਚੀਜ਼ ਆਲਾ ਵੀ ਯੋਗਾ ਵੀ ਗਏ।